वत्सला गुप्ता IPS SSP जिला कपूरथला ने पुलिस लाइन कपूरथला दे विच प्रेस कॉन्फ्रेंस नूं संबोधन किया। इसी दौरान दसिया कि कपूरथला जिले दे विच संगीन जुर्मां दी रोकथाम विरुद्ध छेती मुहिम दे तहत रमनिंदर सिंह पुलिस कप्तान, तफतीश कपूरथला, गुरमीत सिंह DSP साहिब सब डिवीजन कपूरथला ते थाना सदर कपूरथला दे वलों बड़ी मेहनत लगन दे नाल अते टैक्निकल तरीके दे नाल कारवाई करते हुए सिद्धवां दोनों दे विच होए मंत्र महिला सेवादार कतल दी वारदात नूं अंजाम देण वाली एक व्यक्ति नूं काबू किया गया। सो इस संबंधी उन्हां जानकारी दित्ती है ते दस्सिया कि बीते कुछ दिन पहला ही अजिहा मामला सामने आया सी कि मंदिर दे विच कतल कर दिता गया सी। सो उस तों बाद उन्हां दे वलों तफतीश की गई है अते इस मामले दे विच कारवाई की गई है। मिति 18/12/2023 ਦੇ ਵਿੱਚ ਸ਼ਾਮ ਸਿੱਧਵਾਂ ਦੋਨਾ ਪਿੰਡ ਦੇ ਵਿੱਚ ਇੱਕ ਮੰਦਿਰ ਪੈਂਦਾ ਹੈ, ਸੈਲਾਨੀ ਦੇਵੀ ਮੰਦਿਰ। ਉੱਥੇ ਸਾਨੂੰ ਇੰਟੀਮੇਸ਼ਨ ਆਈ ਕਿ ਉੱਥੇ ਲੜਾਈ ਕਰਨੇ ਕੇ ਬਾਅਦ ਇੱਕ ਬੰਦਾ ਜਿਹਦਾ ਨਾਮ ਹੈ ਹਰਨੇਕ ਸਿੰਘ, ਇਹਨੇ ਇੱਕ ਲੇਡੀ ਸਰਿਤਾ ਦੇਵੀ ਵਾਈਫ ਆਫ ਫੂਲ ਬਾਬੂ ਇਹਦੇ ਉੱਪਰ ਹਮਲਾ ਕੀਤਾ ਹੈ ਔਰ ਹਮਲਾ ਕਰਕੇ ਇਹਦਾ ਮਰਡਰ ਕਰਤਾ ਹੈ। ਫਿਰ ਅਸੀਂ ਇਮੀਡੀਏਟਲੀ FIR ਰਜਿਸਟਰ ਕੀਤੀ, ਜਿਹੜੀ FIR ਨੰਬਰ 118/2023 ਇਹ ਅਸੀਂ ਰਜਿਸਟਰ ਕੀਤੀ ਸਦਰ ਥਾਣੇ ਦੇ ਵਿੱਚ, ਹੈ ਨਾ। ਹਾਂ, ਸਦਰ ਕਪੂਰਥਲਾ ਥਾਣੇ ਦੇ ਵਿੱਚ। ਇਹ ਜੋ ਲੇਡੀ ਔਰ ਇਹਦਾ ਹਸਬੈਂਡ ਹੈ ਇਹ ਬਿਹਾਰ ਦੇ ਰਹਿਣ ਵਾਲੇ ਹੈ ਔਰ ਇੱਥੇ ਸਿੱਧਵਾ ਦੋਨਾ ਪਿੰਡ ਦੇ ਵਿੱਚ ਇਹ ਕਿਸੇ ਰੈਸਟੋਰੈਂਟ 'ਚ ਕੰਮ ਕਰਦੇ ਸੀ ਔਰ ਆਪਣੇ ਕੰਮ ਕਰਨ ਤੋਂ ਬਾਅਦ ਇਹ ਸ਼ਾਮ ਨੂੰ ਜਾ ਕੇ ਨਾ ਮੰਦਿਰ ਦੇ ਵਿੱਚ ਸੇਵਾ ਕਰਦੇ ਹੈ। ਇਹ ਬੰਦਾ ਜਿਹੜਾ ਹਰਨੇਕ ਸਿੰਘ ਇਹ ਵੀ ਉੱਥੇ ਆਉਂਦਾ ਸੀ ਔਰ ਇਹ ਬੰਦੇ ਦਾ ਕੋਈ ਰਹਿਨੁਮਾ ਨਹੀਂ ਹੈ, ਇਹ ਇੱਦਾਂ ਹੀ ਰਹਿੰਦਾ ਹੈ। ਰਿਸ਼ਤੇਦਾਰ ਜ਼ਰੂਰ ਹੈ ਪਰ ਉਹਨਾਂ ਨੇ ਇਹਨੂੰ ਗੜ ਤੋਂ ਕੱਢਿਆ ਹੋਇਆ। ਤੋ ਇਹਦੀ ਬਹਿਨ ਕਿਤੇ ਔਰ ਰਹਿੰਦੇ ਹੈ ਦੂਰ, ਇਹਦਾ ਇੱਕ ਜੀਜਾ ਹੈ ਉਹ ਵੀ ਰਹਿੰਦਾ ਹੈ ਕੰਮ ਅਲੱਗ ਹੈ, ਪਰ ਇਹ ਉਸ ਦਿਨ ਉਹਨਾਂ ਦੇ ਨਾਲ ਵੀ ਲੜ ਕੇ ਆਇਆ। ਫਿਰ ਉੱਥੇ ਮੰਦਿਰ ਦੇ ਵਿੱਚ ਇਹਨਾਂ ਦੀ ਕੁਛ ਬਹਿਸ ਬੁਸਾਈ ਹੋਈ ਹੈ, ਫਿਰ ਬਹਿਸ ਦੇ ਨਾਲ ਇਹਨੇ ਆਪਣੀ ਉਹ ਰੋਡ ਨਾਲ ਨਾ ਉਹ ਲੇਡੀ ਕੇ ਉੱਪਰ ਹਮਲਾ ਕਰਤਾ ਜਿਸ ਕਰਕੇ ਉਹਦੀ ਡੈਥ ਹੋ ਗਈ। ਇਹਨੂੰ ਫਿਰ ਅਸੀਂ ਅਰੈਸਟ ਆਈਡੈਂਟੀਫਾਈ ਕਰਕੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹਦੇ ਵਿੱਚ ਨਾ ਇਹਦਾ ਦਾ ਬੰਦਾ ਸਭਸੇ ਇੰਪੋਰਟੈਂਟ ਗੱਲ ਹੈ ਨਾ ਕਿ ਇਹ ਜਿਹੜਾ ਬੰਦਾ ਹੈ ਨਾ ਇਹ ਹੀ ਇਜ਼ ਲਾਈਕ ਅ ਵੈਂਡਰ। ਇਹਦੇ ਕੋਲ ਤੁਹਾਨੂੰ ਨਾ ਕੋਈ ਮੋਬਾਈਲ ਹੈਗਾ ਨਾ ਇਹਦਾ ਕੋਈ ਪਤਾ ਹੈ ਕਿੱਥੇ। ਬੜੀ ਮਿਹਨਤ ਨਾਲ ਅਸੀਂ ਥਰੂ ਇੰਟੈਲੀਜੈਂਸ ਇਹਨੂੰ ਗ੍ਰਿਫਤਾਰ ਕੀਤਾ ਹੈ ਐਂਡ ਇਸ ਕਰਕੇ ਨਾ ਜਿਹੜਾ ਉਹ ਸੈਂਸੇਸ਼ਨਲ ਲੋਕ ਕਹਿ ਰਹੇ ਸੀ ਕਿ ਮੰਦਿਰ ਦੇ ਵਿੱਚ ਇੱਕ ਡੈਥ ਹੋ ਗਈ ਹੈ, ਸਾਡੇ ਵਾਸਤੇ ਇਹ ਮੁਕਦਮਾ ਬੜਾ ਇੰਪੋਰਟੈਂਟ ਸੀ ਕਿ ਇਹ ਬੰਦੇ ਨੂੰ ਅਸੀਂ ਗ੍ਰਿਫਤਾਰ ਕਰੀਏ। ਨਹੀਂ ਅਸੀਂ ਵੀ ਆਰ ਵੈਰੀਫਾਈਂਗ ਇਟ ਕਿ ਡਿਊਰਿੰਗ ਇਨਵੈਸਟੀਗੇਸ਼ਨ ਹੀ ਪਤਾ ਲੱਗੇਗਾ ਹੁਣ ਇਹਦਾ ਬਹਿਸ ਦਾ ਕਾਰਨ ਕੀ ਸੀ ਕਿ ਜਿਹੜਾ ਇੰਨਾ ਇੱਥੋਂ ਤੱਕ। ਵੀ ਆਰ ਸਟਿਲ ਵੈਰੀਫਾਈਂਗ ਕਿ ਬਹਿਸ ਦਾ ਕਾਰਨ ਕੀ ਸੀ ਮੰਦਿਰ ਦੇ ਵਿੱਚ, ਹੈ ਨਾ, ਜਿਹੜਾ ਬਾਕੀ ਜੋ ਡਿਊਰਿੰਗ ਇਨਵੈਸਟੀਗੇਸ਼ਨ ਆਏਗਾ ਉਹਦੇ। ਮੈਂ ਜਿਹੜਾ ਕਹਿੰਦੇ ਕਿ ਘਰੋਂ ਬਾਹਰ ਰਹਿੰਦਾ ਸੀ ਕਾਰਨ ਕੀ ਸੀ ਕਿ ਦਿਮਾਗੀ ਹਾਲਤ ਖਰਾਬ। ਨਹੀਂ ਇੱਦਾਂ ਨਹੀਂ ਹੈ, ਨੋਟ ਦਿਮਾਗੀ ਹਾਲਤ ਖਰਾਬ, ਬਟ ਪੇਰੈਂਟਸ ਕੀ ਪਹਿਲੇ ਡੈਥ ਹੋ ਚੁੱਕੀ ਸੀ ਤੋਂ ਔਰ ਬਹਿਨ ਕੇ ਘਰ ਤੁਸੀਂ ਕਿੰਨਾ ਰਹਿ ਸਕਦੇ ਹੋ ਔਰ ਝਗੜਾ ਜਾ ਕੇ ਕਰੋਗੇ ਤਾਂ ਫਿਰ ਘਰ ਵਾਲੋਂ ਨੇ ਵੀ ਨਹੀਂ ਰੱਖਣਾ ਹੈ। ਤਾਂ ਇੱਦਾਂ ਹੈ ਕਿ ਲੜਵਾ ਝਗੜਦਾ ਸੀ ਇਸ ਕਰਕੇ ਘਰੇ ਨਹੀਂ ਰੱਖਦੇ ਸੀ। ਇਹਨਾਂ ਨੂੰ ਕੋਈ ਪ੍ਰੋਫਾਈਲ? ਨਹੀਂ ਕੋਈ ਰੰਜਿਸ਼ ਪ੍ਰੋਫਾਈਲ ਹੈ ਜੀ। ਇਹਦੀ ਪ੍ਰੋਫਾਈਲ ਹੈ, ਹੀ ਡਜ਼ਨਟ ਹੈਵ ਐਨੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਇਹਦਾ। ਆਈ ਥਿੰਕ ਇਟ ਜਸਟ ਕਿ ਸ਼ਾਇਦ ਮੇ ਬੀ ਫਿਟ ਆਫ ਰੇਜ ਜਾਂ ਕੋਈ ਲੜਾਈ ਦੇ ਦੌਰਾਨ ਇੱਦਾਂ ਮੇ ਬੀ ਗੁੱਸਾ ਕਰਕੇ ਮੇ ਬੀ ਕਿਲਡਰ। ਕੋਈ ਗੁੱਸਾ ਕਰਕੇ ਜਾਂ ਕੋਈ ਲੜਾਈ ਹੋਇਆ ਤਾਂ ਇਹਨੂੰ ਇਕਦਮ ਸੇ ਗੁੱਸਾ ਆਇਆ ਹੈ ਜੋ ਵੀ ਵਟ ਐਵਰ, ਪਰ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ। ਮੈਂ ਕੋਈ ਸ਼ਰਾਬ ਪੀ ਕੇ ਵੀ ਚਾਹੁੰਦਾ ਸੀ ਮੰਦਿਰ ਦੇ ਵਿੱਚ। ਦੈਟ ਇਜ਼ ਮੈਟਰ ਆਫ ਵੈਰੀਫਿਕੇਸ਼ਨ, ਦੈਟ ਇਜ਼ ਅ ਮੈਟਰ ਆਫ ਵੈਰੀਫਿਕੇਸ਼ਨ ਕਿ ਇਨਵੈਸਟੀਗੇਸ਼ਨ ਕੇ ਦੌਰਾਨ ਅਸੀਂ ਦੇਖਾਂਗੇ ਕਿ ਇਹਨੂੰ ਪੁੱਛ ਗਿੱਛ ਕਰਕੇ ਕੀ ਕੀਤਾ ਹੋਇਆ ਸੀ ਔਰ ਇਹ ਹੈ ਵੀ ਕਿ ਨਹੀਂ ਸ਼ਰਾਬ ਆਦਿ ਜੋ ਵੀ ਹੈ। ਠੀਕ ਹੈ।